ਸ਼੍ਰੀ ਮੂਲਾ ਰਾਮ ਜੀ, ਸ਼੍ਰੀ ਮੂਲਾ ਰਾਮ ਜੀ। ਚੱਕ ਨਿਵਾਸੀ ਨੇ, ਮੈਂ ਤੁਹਾਡਾ ਦਿਲ ਦੀ ਗਹਿਰਾਈਆਂ ਕਰਨਾ ਬਹੁਤ ਮਸ਼ਹੂਰ ਹਾਂ, ਕਿਉਂਕਿ ਡੀ ਚੱਕ ਜਿਹੜਾ ਸਾਡਾ ਇੱਕ ਆਪਣਾ ਘਰ ਕੌੜ ਡੀ ਚੱਕ ਜਿਹੜਾ, ਜਿਸ ਦਾ ਫੈਸਲਾ ਮੇਰੇ ਖਿਆਲ ਕਿਲੋ ਇੱਕ ਮੀਟਰ ਦਾ ਫਰਕ ਹੈ, ਔਰ ਹਮੇਸ਼ਾ ਇਕੱਠੇ ਮਿਲੀਏ ਅਸੀਂ ਆਪਣੇ ਇਲਾਕੇ ਵਾਸਤੇ, ਆਪਣੇ ਇਲਾਕੇ ਦੇ ਲੋਕਾਂ ਵਾਸਤੇ ਤਰੱਕੀ ਤੇ ਖੁਸ਼ਹਾਲੀ ਵਾਸਤੇ ਕੰਮ ਕੀਤਾ। ਅੱਜ ਇਲੈਕਸ਼ਨ ਜਿਹੜੀ ਹੈ, ਮੇਰੇ ਸਾਥੀਆਂ ਦੱਸਿਆ ਕਿ 10 ਸਾਲ ਦੇ ਬਾਅਦ ਇਲੈਕਸ਼ਨ ਜਿਹੜੀ ਹੈ ਜੰਮੂ ਕਸ਼ਮੀਰ ਚ ਹੋ ਰਹੀ ਹੈ। ਅਗਰ ਹੋ ਸਕਦਾ ਬੀਜੇਪੀ ਅਗਰ ਕਰਨਾ ਚਾਹੁੰਦੀ ਤਾਂ ਸ਼ਾਇਦ ਹੋ ਸਕਦਾ ਇਹ ਇਲੈਕਸ਼ਨ ਨਹੀਂ ਹੁੰਦੇ, ਲੇਕਿਨ ਅਸੀਂ ਸੁਪਰੀਮ ਕੋਰਟ ਦੇ ਬੜੇ ਮਸ਼ਹੂਰ ਹਾਂ ਕਿ ਸੁਪਰੀਮ ਕੋਰਟ ਦੀ ਡਾਇਰੈਕਸ਼ਨ ਦੇ ਮੁਤਾਬਕ ਅੱਜ ਜੰਮੂ ਕਸ਼ਮੀਰ ਚ ਅਸੈਂਬਲੀ ਦੇ ਇਲੈਕਸ਼ਨ ਹੋਏ ਨੇ। ਸੁਪਰੀਮ ਕੋਰਟ ਦੀ ਡਾਇਰੈਕਸ਼ਨ ਜਿਹੜੀ ਹੈ ਉਸਨੇ ਸਟੇਟ ਰਿਸਟੋਰ ਕਰਨ ਦੇ ਵੀ ਆਰਡਰ ਜਿਹੜੇ ਨੇ ਗਵਰਨਮੈਂਟ ਆਫ ਇੰਡੀਆ ਦੇ ਦਿੱਤੇ ਦੇ ਨੇ। ਬਹਰਹਾਲ ਮੇਰੇ ਸਾਰੇ ਸਾਥੀ ਜਾਣਦੇ ਨੇ, ਅਸੀਂ ਬੜੇ ਖੁਸ਼ੀ ਖੁਸ਼ੀ ਵੋਟ ਦਿੱਤੇ 10 ਸਾਲ ਪਹਿਲੇ ਕਿ ਸਾਡੇ ਦੇਸ਼ ਦੀ ਪਤਾ ਨਹੀਂ ਨਵੀਂ ਸਰਕਾਰ ਆਊਗ ਤੇ ਇਸ ਦੇਸ਼ ਦਾ ਪਤਾ ਨਹੀਂ ਕਿੱਥੇ ਕਿਹੜੀ ਜਗ੍ਹਾ ਪਹੁੰਚਾਈ ਦੇਣਗੇ। ਲੇਕਿਨ ਜਿਹੜਾ ਕਿਸੇ ਨੇ 10 ਸਾਲ ਚ ਇਸ ਦੇਸ਼ ਦਾ ਹਾਲਤ ਕੀਤੀ ਹੈ ਉਹ ਕਿਸੇ ਬਸ਼ਰ ਕੋਲ ਛੁੱਪੀ ਵੀ ਨਹੀਂ ਹੈ। ਇਸ ਦੇਸ਼ ਦੀ ਨੰਗਾ ਕਰੀਏ ਰੱਖੀ ਦਿੱਤਾ ਹੈ ਇਸ ਬੀਜੇਪੀ ਪਾਰਟੀ ਨੇ, ਕੋਈ ਚੀਜ਼ ਛੋੜੀ ਨਹੀਂ। ਜਿਹੜੀਆਂ ਚੀਜ਼ਾਂ ਸੁਰਗਿਆ ਸ਼੍ਰੀ ਪੰਡਿਤ ਨਹਿਰੂ ਨੇ ਜਾਂ ਸ਼੍ਰੀਮਤੀ ਇੰਦਰਾ ਗਾਂਧੀ, ਰਾਜੀਵ ਗਾਂਧੀ ਨੇ ਬਣਾਈਆਂ ਹਾਂ, ਚਾਹੇ ਉਹ ਰੇਲਵੇ ਹੀ, ਚਾਹੇ ਹਵਾਈ ਜਹਾਜ਼ ਇਹ, ਚਾਹੇ ਜਿਹੜੀਆਂ ਬਾਕੀ ਚੀਜ਼ਾਂ ਕਾਰਪੋਰੇਸ਼ਨਸ ਜਿਹੜੀਆਂ ਜਿਹਨੇ ਦੀ ਅੱਜ ਕੌੜੀਆਂ ਦੇ ਭਾਅ ਵੇਚੇ ਆ, ਵਾਨੀ ਤੜਾਨੀ ਦਿੱਤੀ ਜਾ ਰਹੀ, ਇਹ ਦੇਸ਼ ਵਾਸਤੇ ਬੜਾ ਖਤਰਾ ਹੈ। ਕਿਸ ਤਰੀਕੇ ਕਿੰਨੇ ਰੇਲਵੇ ਜਿਹੜੀ ਹੈ ਪੰਡਿਤ ਨਹਿਰੂ ਦੇ ਟਾਈਮ ਜਿਹੜੀ ਸ਼ੁਰੂ ਹੋਈ, ਕਿਸ ਤਰੀਕੇ ਕਿੰਨੇ ਹਵਾਈ ਸਰਵਿਸ ਜਿਹੜੀ ਹੈ ਪੰਡਿਤ ਨਹਿਰੂ ਦੇ ਟਾਈਮ ਜਿਹੜੀ ਹੈ ਸ਼ੁਰੂ ਹੋਈ, ਔਰ ਆਪਣੀ ਜਿਹੜੀ ਦੇਸ਼ ਦੀ ਪ੍ਰਾਪਰਟੀ ਹੈ ਉਸੀ ਕਿਸ ਤਰੀਕੇ ਕਹਿੰਦਾ ਬੇਰਾਮੀ ਕਹਿੰਦਾ ਕੌਡੀਆਂ ਦੇ ਭਾਅ ਜਿਹੜੇ ਨੇ ਬੀਜੇਪੀ ਸਰਕਾਰਾਂ ਜਿਹੜੀਆਂ ਭੇਜਿਆ। ਅੱਜ ਦੇਸ਼ ਦੇ ਵਿੱਚ ਜਾਤ ਪਾਤ ਜਿਹੜੀ ਹੈ ਉਸੀ ਜੋਰੇ ਚ ਲਿਆਂਦੇ ਦਾ, ਤੁਸੀਂ ਸਾਰੇ ਸਾਥੀ ਇੱਥੇ ਬੈਠੇ ਰਹੋ, ਸਾਰੇ ਸਾਥੀ ਜਿਹੜੇ ਪੜ੍ਹੇ ਲਿਖੇ ਲੋਕ ਨੇ। ਇਹ ਦੇਸ਼ ਜਿਹੜਾ 1947 ਤੋਂ ਪਹਿਲੇ ਅੰਗਰੇਜ਼ ਦਾ ਗੁਲਾਮ ਹੈ, 200 ਸਾਲ ਤੱਕ ਅੰਗਰੇਜ਼ ਨੇ ਸਾਡੇ ਹਿੰਦੁਸਤਾਨ ਪਰ ਰਾਜ ਕੀਤਾ, ਔਰ ਰਾਜ ਜਿਹੜਾ ਕੀਤਾ ਇਸ ਦੇਸ਼ ਦੀ ਜੰਗ ਆਜ਼ਾਦੀ ਦੇ ਵਿੱਚ ਅਸੀਂ ਉਹਨੇ ਮਹਾਨ ਸ਼ਖਸੀਅਤਾਂ ਦਾ ਬਲੀਦਾਨ ਕਦੇ ਨਹੀਂ ਭੁੱਲ ਨਹੀਂ ਸਕਦੇ ਜਿਹਨੇ ਇਸ ਦੇਸ਼ ਵਾਸਤੇ ਆਪਣੀਆਂ ਜਾਨਾਂ ਦਿੱਤੀਆਂ। ਸੁਰਗਿਆ ਮਹਾਤਮਾ ਗਾਂਧੀ, ਪੰਡਿਤ ਨਹਿਰੂ, ਮੌਲਾਨਾ ਆਜ਼ਾਦ ਔਰ ਦੂਏ ਲੋਕ ਜਿਹਨੇ ਇਸ ਦੇਸ਼ ਦੀ ਰਹਿਨੁਮਾਈ ਕੀਤੀ ਔਰ ਇਸ ਦੇਸ਼ ਦੀ ਯਾਦ ਕਰਵਾਉਣੇ ਚ ਉਹਦਾ ਬਹੁਤ ਵੱਡਾ ਯੋਗਦਾਨ ਰਿਹਾ। ਔਰ ਆਜ਼ਾਦੀ ਦੇ ਬਾਅਦ ਇਸੀ ਦੇਸ਼ ਦੀ ਜਿਹੜਾ ਮਜ਼ਬੂਤ ਕੀਤਾ ਬਣਾਇਆ
ਇਸ ਦੀਆਂ ਸਰਹੱਦਾਂ ਮਜ਼ਬੂਤ ਕੀਤੀਆਂ, ਫੌਜ ਬਣਾਈ, ਪਾਵਰ ਪ੍ਰੋਜੈਕਟ ਜਿਹੜੇ ਲਾਏ ਤਾਂ ਕਿ ਹੈਵੀ ਇੰਡਸਟਰੀਜ਼ ਜਿਹੜੀਆਂ ਨੇ ਬਣਾਈ ਜਾਣ। ਤੁਸੀਂ ਸਾਰੇ ਲੋਕ ਸੁਰਗੀ ਸ਼੍ਰੀਮਤੀ ਇੰਦਰਾ ਗਾਂਧੀ ਦੀ ਅੱਜ ਪ੍ਰਾਈਮ ਮਿਨਿਸਟਰ ਨਹੀਂ ਭੁੱਲ ਸਕਦੇ, ਜਿਸ ਨੇ ਦੋ ਦਿਨ ਦੇ ਅੰਦਰ ਅੰਦਰ ਪਾਕਿਸਤਾਨ ਦੇ ਦੋ ਹਿੱਸੇ ਕਰ ਦਿੱਤੇ, ਇੱਕ ਬੰਗਲਾਦੇਸ਼ ਬਣਾ ਦਿੱਤਾ, ਇੱਕ ਪਾਕਿਸਤਾਨ ਬਣਾ ਦਿੱਤਾ। ਔਰ ਐਜ ਏ ਪ੍ਰਾਈਮ ਮਿਨਿਸਟਰ ਇੰਦਰਾ ਗਾਂਧੀ ਜੀ ਉਸ ਵੇਲੇ ਅਮੈਰੀਕਾ ਚ ਹੈ, ਔਰ ਅਮੈਰੀਕਾ ਦੇ ਪ੍ਰੈਜੀਡੈਂਟ ਹੈ, ਉਸੀ ਆਖਿਆ ਕਿ ਤੂੰ ਇਹ ਜਿਹੜੀ ਲੜਾਈ ਹੈ ਜਿਹੜੀ ਅਸੀਂ ਬੰਦ ਕਰ ਦੇ, ਲੇਕਿਨ ਉਸਨੇ ਆਖਿਆ ਕਿ ਲੜਾਈ ਜਾਰੀ ਰਹੋ। ਔਰ ਤੁਸੀਂ ਦੇਖਿਆ ਕਿ ਅਮੈਰੀਕਾ ਤੋਂ ਆਉਂਦੇ ਆਉਂਦੇ ਜਨਰਲ ਅਰੋੜਾ ਜਿਸ ਨੇ ਪਾਕਿਸਤਾਨ ਦੇ ਦੋ ਹਿੱਸੇ ਕਰ ਦਿੱਤੇ, ਸਾਡੀਆਂ ਫੌਜਾਂ ਜਿਹੜੀਆਂ ਸਿਆਲਕੋਟ ਵੀ ਚਲੀ ਗਈਆਂ, ਲੇਕਿਨ ਇਸ ਦੇਸ਼ ਦੀ ਖਾਤਰ ਸੁਰਗੀ ਸ਼੍ਰੀਮਤੀ ਇੰਦਰਾ ਗਾਂਧੀ ਨੇ ਬਲੀਦਾਨ ਵੀ ਦਿੱਤੇ, ਇਸ ਦੇਸ਼ ਦੀ ਖਾਤਰ ਸੁਰਗੀ ਸ਼੍ਰੀ ਰਾਜੀਵ ਗਾਂਧੀ ਨੇ ਆਪਣਾ ਬਲੀਦਾਨ ਵੀ ਦਿੱਤਾ, ਲੇਕਿਨ ਦੇਸ਼ ਦੀ ਕਮਜ਼ੋਰ ਨਹੀਂ ਹੋਣ ਦਿੱਤਾ। ਦੇਸ਼ ਦੀ ਏਕਤਾ ਵਾਸਤੇ, ਦੇਸ਼ ਦੀ ਮਜ਼ਬੂਤੀ ਵਾਸਤੇ ਉਹਨੇ ਆਪਣੀਆਂ ਜਾਨਾਂ ਦੇ ਦਿੱਤੀਆਂ, ਲੇਕਿਨ ਦੇਸ਼ ਦੀ ਕਮਜ਼ੋਰੀ ਵਾਸਤੇ ਉਹਨੇ ਕਦੇ ਵੀ ਦੇਸ਼ ਦੀ ਕਮਜ਼ੋਰ ਨਹੀਂ ਹੋਣ ਦਿੱਤਾ। ਇੱਕ ਇਤਿਹਾਸ ਹੈ, ਜਿਸ ਵੇਲੇ ਅੰਗਰੇਜ਼ ਦੇ ਖਿਲਾਫ ਲੜੀ ਜਾ ਰਹੀ ਉਸ ਵੇਲੇ ਬੀਜੇਪੀ ਜਿਹੜੀ ਹੈ ਅੰਗਰੇਜ਼ ਦੀ ਮੁਕਵਰ ਹੀ, ਇਹ ਬਿਜ਼ਨਸਮੈਨ ਪਾਰਟੀ ਹੈ, ਇਹ ਗੁਜਰਾਤੀ ਲੋਕ ਹਨ, ਇਹਨੇ ਹਮੇਸ਼ਾ ਦੇਸ਼ ਕੰਨਾ ਧੋਖਾ ਕੀਤਾ। ਅੱਜ ਵੀ ਤੁਸੀਂ ਦੇਖੋ ਕਿ ਇਹਦਾ ਮੇਨ ਮਕਸਦ ਜਿਹੜਾ ਵਪਾਰ ਕਰਨ, ਅੱਜ ਰੇਤ ਬਜਰੀ ਜਿਹੜੀ ਹੈ ਉਹ ਸਾਰੇ ਲੋਕਾਂ ਦੀ, ਤਵੀਆਂ ਸਾਰੀਆਂ, ਨਾਲੇ ਸਾੜੇ ਤੇ ਵੇਚਣੇ ਆ ਰਹੇ ਗੁਜਰਾਤੀ, ਕੂਲਾ ਨਾਲੇ ਨਹਿਰਾ ਜਿਹੜੀ ਹੈ ਉਸਦੀ ਸਫਾਈ ਜਿਹੜੀ ਹੈ ਅੱਗੇ ਸਾਰੇ ਲੋਕ ਕਰਦੇ, ਅੱਜ ਠੇਕੇਦਾਰ ਯੂਪੀ ਦੇ, ਅੱਜ ਸਾਡੀ ਰਿਆਸਤ ਦੇ ਵਿੱਚ ਜਿਸ ਤਰੀਕੇ ਕਹਿੰਦੇ ਨੇ ਦੱਸਿਆ, ਇਸੀ ਮੰਦਰਾਂ ਦਾ ਸ਼ਹਿਰ ਆਖਿਆ ਜਾਂਦਾ ਹੈ, ਲੇਕਿਨ ਅੱਜ ਕੀ ਹੈ, ਸ਼ਰਾਬਾਂ ਦਾ ਸ਼ਹਿਰ। ਮਤਲਬ ਇਹ ਲੋਕ ਕੀ ਜਾਣਦੇ ਨੇ ਕਿ ਜੰਮੂ ਦੇ ਲੋਕ ਕੀ ਨੇ, ਜੰਮੂ ਦੀ ਹਿਸਟਰੀ ਕੀ ਹੈ, ਜਿੱਥੇ ਸ਼ੇਰ ਬੱਕਰੀ ਨਾ ਇਕੱਠਾ ਪਾਣੀ ਪੀਤਾ, ਇਹ ਉਹ ਜੰਮੂ ਕਸ਼ਮੀਰ ਹੈ। ਲੇਕਿਨ ਇਸ ਜੰਮੂ ਕਸ਼ਮੀਰ ਦੀ ਇਹਨੇ ਲੋਕੇ ਖਤਮ ਕਰੀਏ ਰੱਖੀ ਦਿੱਤਾ। ਸਾਰੇ ਹੀ ਖਾਸ ਕਰੀਏ ਆਪਣੇ ਪੁੰਦਰੋੜ ਵਾਸੀਆਂ ਦੀ ਇੱਕ ਬੜੀ ਮੁਬਾਰਕਬਾਦ ਦਿੰਦਾ, ਕਿਉਂਕਿ ਖਾਸ ਕਰੀਏ ਤੁਸੀਂ ਕੀ ਮੂੜਾ ਰਾਮ ਸਾਹਿਬ ਕੰਨੇ ਟ੍ਰੈਪ ਪਲਾਨ ਕੰਮ ਕਰਨ ਦਾ ਮੌਕਾ ਮਿਲਿਆ, ਔਰ ਤੁਸੀਂ ਇਹਦੇ ਕੰਮ ਕਾਜ ਦੇਖੇ ਵੀ ਹੈ, ਇਹ ਤੁਹਾਡੇ ਕੋਲ ਕੋਈ ਗੱਲ ਛੁਪੀ ਦੀ ਨਹੀਂ, ਤੁਸੀਂ ਇਹਨੇ ਕੀ ਚੰਗੀ ਚਾਲੀ ਤੁਸੀਂ ਪਰਖੇ ਦਾ ਇਹਦੇ ਕੰਮ ਕਾਜ ਦੇਖੇ ਦੇਣ, ਔਰ ਤੁਹਾਡੇ ਕੋਲ ਕੋਈ ਇਹ ਗੱਲ ਛੁਪੀ ਦੀ ਨਹੀਂ ਹੈ, ਔਰ ਇਹਦੇ ਕੰਨੇ ਗਏ ਜਿਹੜੀਆਂ ਤੁਹਾਡੀਆਂ ਮੁਸ਼ਕਲਾਂ ਹਨ ਮੇਰੇ ਖਿਆਲ ਪਏ ਅਸ ਇਹਦੇ ਕੰਨੇ ਥੋੜ੍ਹੇ ਦੂਰ ਹੈ, ਕਿਉਂਕਿ ਇਹ ਜਿਹੜਾ ਏਰੀਆ ਪਾਉਂਦਾ ਹਾਂ ਇਹ ਸਾਡੇ ਮਾੜਕ ਨੂੰ ਕੱਢੀ ਹੈ, ਕਾਂਸਟੀਚੁਐਂਸੀ ਰੈਫਰ ਦਮਾਣਾ ਚਲਾਈ ਉੜਿਆ, ਔਰ ਇਹਨੇ ਕਿ ਜਿਹੜਾ ਸਾਡੇ ਕੋਲ ਬਿਹਤਰ ਤੁਹਾਡੀਆਂ ਮੁਸ਼ਕਲਾਂ ਜਿਹੜੀਆਂ ਉਹ ਪਤਾ ਨਹੀਂ, ਕਿਉਂਕਿ ਮੁਸ਼ਕਲਾਂ ਬੜੀਆਂ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ, ਮੁਸ਼ਕਲਾਂ ਜਿਹੜੀਆਂ ਮੇਰੇ ਕੋਲਾਂ ਜ਼ਿਆਦਾ ਜਿਹੜੀ ਆ ਜਾਂ ਸਾਡੇ ਪਧਰੋੜ ਵਾਸੀਆਂ ਕੋਲਾਂ ਜ਼ਿਆਦਾ ਜਿਹੜੇ ਇਹ ਬਿਹਤਰ ਜਾਣਦੇ ਨੇ, ਕਿਉਂਕਿ ਕੌਰ ਪਧਰੋੜ ਦਾ ਕੋਈ ਖਾਸ ਜ਼ਿਆਦਾ ਫਾਸਲਾ ਨਹੀਂ ਹੈ,
ਔਰ ਜਿਹੜੀ ਦੇਵ ਚੱਕ ਹੋਇਆ ਜਾਂ ਇਹ ਸ਼ਾਹਪੁਰ ਹੋਇਆ ਕੋਠੀ ਪਦਰੋੜ ਇਹ ਜਿਹੜਾ ਹਾਂ ਇਹ ਸਾਡੇ ਬਲਾਕ ਮੜ੍ਹ ਹਾਂ ਲੇਕਿਨ ਕਾਂਸਟੀਚੁਐਂਸੀ ਜਿਹੜੀ ਸੀ ਇਹ ਰੈਪਰ ਦਮਾਣਾ ਸੀ ਔਰ ਇਹਨੇ ਜਿਹੜਾ ਭਾਈ ਤ੍ਰੈ ਪਲਾਨ ਜਿਹੜਾ ਭਾਈ ਤੁਹਾਡੀ ਸੇਵਾ ਵੀ ਕੀਤੀ ਔਰ ਤੁਸੀਂ ਦੇਖਿਆ ਸਾਡੇ ਬਲਾਕ ਦੇ ਵਿੱਚ ਡਿਸਪੈਂਸਰੀਆਂ ਬਣਾਈਆਂ ਮੂਲਾ ਰਾਮ ਸਾਹਿਬ ਨੇ ਸਾਡੇ ਬਲਾਕ ਦੇ ਵਿੱਚ ਨੌਕਰੀਆਂ ਦਵਾਈਆਂ ਮੂਲਾ ਰਾਮ ਸਾਹਿਬ ਬਹੁਤ ਅੱਛੇ ਇਮਾਨਦਾਰ ਆਦਮੀ ਮਲਾ ਇਹਨੇ ਇਸ ਬਲਾਕ ਦੀ ਲਹਿਰ ਬਣ ਗਈ ਹੈ ਪੂਰੇ ਬਲਾਕ ਦੇ ਵਿੱਚ ਅਸੀਂ ਤਾਂ ਕਹਿੰਦੇ ਰੋਲ ਫਿਰਾ ਦੇ ਹਾਂ ਜਿੱਥੇ ਇੱਕ ਮੀਟਿੰਗ ਹੁੰਦੀ ਹੈ ਰੱਖੀ ਦੀ ਤਾਂ ਜਲਸਾ ਬਣ ਗਿਆ ਵਾ ਅਸੀਂ ਇਸ ਵੇਲੇ ਇਹ ਲੱਗਾ ਹੈ ਕਿ ਜਿਵੇਂ ਮਤਲਬ 1982 ਦੀ ਜਦੋਂ ਪਹਿਲੀ ਵਾਰ ਮੂਲਾ ਰਾਮ ਸਾਹਿਬ ਖੜੇ ਹੋਏ ਤੇ ਉਹਨਾਂ ਦੀ ਲਹਿਰ ਹੋਣੀ ਸੀ ਸਦਨਾ ਮੈਂ ਆਖਣਾ ਜਾਤ ਬਰਾਦਰੀ ਪਰ ਕੋਈ ਅਮਲ ਨਹੀਂ ਬਣ ਸਕਦਾ ਮੈਂ ਤਾਂ ਆਖਿਆ ਮੇਰੀ ਜਾਤ ਇੰਨਾ ਵੋਟ ਤੇ ਨਹੀਂ ਮਤਲਬ ਮੈਨੂੰ ਸਾਰੇ ਵੋਟ ਪਾਣੇ ਨੂੰ ਮਿਲਦੇ ਐਮ ਐਲ ਏ ਉਹ ਬਣੇ ਜਿਹੜਾ ਸਾਰੀ ਚੰਗਾ ਲਿਆ ਚਲੋ ਸੁਣਾਉਣਾ ਬੀਜੇਪੀ ਸਾਡਾ ਗ੍ਰਾਮ ਬੀਜੇਪੀ ਦਾ ਕਿਤੇ ਮੁੰਡਾ ਵਰਕਰ ਆ ਤੇ ਉਹ ਆਖਿਆ ਹੈ ਮੈਂ ਬੀਜੇਪੀ ਦਾ ਵੀ ਮੀਟਿੰਗ ਕਰਾਉਣੀ ਆ ਆਹ ਮੈਂ ਗੱਲਬਾਤ ਨਹੀਂ ਆ ਜੇ ਤੁਸੀਂ ਮੀਟਿੰਗ ਕਰਾਉਣੀ ਆ ਪਹਿਲਾਂ ਉਹਨੇ ਪੁੱਛਿਆ ਵਾ ਤੁਸੀਂ ਬੀਜੇਪੀ ਵਾਲੇ ਕੰਮ ਕੀ ਕੀਤਾ ਕੋਈ ਇੱਕ ਕੰਮ ਦੱਸੀ ਜਿਹੜਾ ਮੇਰੀ ਪਛਾਣ ਜਿਹੜਾ ਬੀਜੇਪੀ ਨੇ ਕੀਤਾ ਜੈ ਸ਼੍ਰੀ ਰਾਮ ਜੈ ਜੈ ਸ਼੍ਰੀ ਰਾਮ ਗੱਲ ਹੀ ਆ ਬਟ ਮੈਂ ਕਿਹਾ ਕਿ ਦਾਰੇ ਮਾਰੀ ਮਾਰੀਆਂ ਦੋ ਤਿੰਨ ਗੱਲਾਂ ਕਰ ਲੈਂਦਾ ਮੈਂ ਜਿਹੜੇ ਪੈਰ ਨਾਲ ਚਲਾ ਕਰਦੇ ਤੁਸੀਂ ਦੇਖਿਆ ਕਰਦੇ ਹੋ ਇਲੈਕਸ਼ਨ ਦੌਰ ਚਲਾ ਬੜੀ ਬੜੀਆਂ ਚੜ੍ਹਾਈਆਂ ਹੋਈਆਂ ਬੜੇ ਬੜੇ ਸਾਹ ਆਵਾ ਫੇਰ ਬਾਕੀ ਇੱਕ ਗੱਲ ਮੇਰਾ ਚੇਤਾ ਰੱਖੋ ਕੋਈ ਪੈਨ ਚੜ ਜਾ ਨਹੀਂ ਜਾਣ ਮੱਛਰ ਨੂੰ ਅਤੇ ਦੁਕਾਨਦਾਰ ਬੋਲੀ ਆਈ ਮੇਰਾ 10 ਰੁਪਏ ਮੇਰੇ ਤਾਂ ਫਲਾਣੀ ਚੀਜ਼ ਲਿਆ ਗਿਆ ਦੂਜੀ ਆਖਰੀ ਮੇਰੇ ਤੇ ਇਹ ਲਿਆ ਗਿਆ ਪੈਸੇ ਕੋਹਾਂ ਦਿੱਤੇ ਤੇ ਆਖਰੀ ਮੇਰੇ ਤੇ 10 ਰੁਪਏ ਸੁਲਕਣਾ ਲਿਆ ਗਿਆ ਉਹਨੇ ਆਖਿਆ ਬਚਣਾ ਵੀ ਆ ਮੇਰੀ ਗੱਲ ਚੇਤਾ ਰੱਖੋ ਵੋਟ ਪਾਇਓ ਸਾਹਿਬ ਜੀ ਤੁਹਾਡਾ ਕੰਮ ਤੋਂ ਡਾਇਰੈਕਟ ਯਾਦ ਦੇ ਕੋਲ ਜਾਇਆ ਅਗਰ ਤੁਸੀਂ ਨਹੀਂ ਸੁਣਾਉਂਦੀ ਸਾਰੇ ਬੁਲਾਓ ਅਗਰ ਤੁਸੀਂ ਕੋਈ ਗੱਲਬਾਤ ਨਹੀਂ ਹੁੰਦੀ ਆਖੋ ਮਾਰੇ ਸਾਰੇ ਗੱਲ ਨਹੀਂ ਸੁਣਾਈ ਆਹ ਤੁਹਾਡੇ ਨਾਲ ਚੱਲ ਕੇ ਉੱਥੇ 24 ਘੰਟੇ ਦੌਰਾਨ ਖੁੱਲ੍ਹੇ ਹੋਏ ਜਿੰਨਾ ਮਰਜ਼ੀ ਜਾਓ ਕੋਈ ਰੋਕ ਟੋਕ ਨਹੀਂ ਆ ਤੁਸੀਂ ਬਕਾਏ ਦਾ ਗੱਲ ਕੰਮ ਹੋ ਪਾਣੀ ਚਾਹ ਪੁੱਛਿਆ ਜਾ ਪਰ ਤੋਂ ਸ਼ਰਤ ਇਹ ਹੈ ਕਿ 1-3 ਵੋਟ ਆਪਣਾ ਕਾਂਗਰਸ ਦਾ ਹੱਥੀ ਮੋਹਰ ਲਾਈਆ ਇਹ ਕਾਂਗਰਸ ਆਪਣਾ ਸਾਰੀ ਜੰਮੂ ਸਟੇਟ 50 ਸਾਲ ਇਹ ਬੀਜੇਪੀ ਦੇ ਆਦੇ ਜੀ ਅਸੀਂ ਬੜੀ ਡਿਵੈਲਪਮੈਂਟ ਕੀਤੀ ਹੋਈ ਹੈ ਸਾਰੇ ਰੱਬ ਦਾ ਪੱਠਾ ਭਲੀ ਹੋਣਾ 50 ਸਾਲ ਪਿੱਛੇ ਨਹੀਂ ਗਏ ਅਸੀਂ ਚਾਹੁੰਦੇ ਹਾਂ ਤੁਸ ਵਾਲੇ ਦਿਨ ਸਾਡਾ ਗ੍ਰਾਂ ਸਾਰੀਆਂ ਮਾਵਾਂ ਭੈਣਾਂ ਸੜਕਾਂ ਗਈਆਂ ਹਾਂ ਸਾਡੇ ਕੋਈ ਮਤਲਬ ਕੰਟਰੋਵਰਸੀ ਨਹੀਂ ਸਾਰੇ ਅਸੀਂ ਸੜਕਾਂ ਗਏ ਸੀ ਬਿਜਲੀ ਵਾਲੇ 3 ਰੁਪਏ ਦਿੱਤੇ ਸਮਾਰਟ ਮੀਟਰ ਲਾਉਣੇ ਦੇ ਪੁੱਤਰਾਂ ਮੀਟਰ ਨਹੀਂ ਲਾ ਦਿੱਤੇ ਕਿਉਂਕਿ ਮੰਝ ਖੈਰ ਦੇ ਕਿੱਲੇ ਜੋਰ ਭਾਈ ਕਿੱਲਾ ਕਾਇਮ ਹੋਇਆ ਤਾਂ ਸਾਰੇ ਕੰਮ ਹੁੰਦੇ ਅਗਰ ਤੁਸੀਂ ਨੇ ਜਿੱਤਾ ਗਏ ਹੋ ਤਾਂ ਸਾਡਾ ਇੱਕ ਕਾਮ ਅਜੇ ਬੜੇ ਬੜੇ ਡਾਕਟਰ ਜੀ ਨੇ ਦੇਖ ਲਿਆ ਕੋਈ ਸੁਣਾਈ ਨਹੀਂ ਭਾਈ ਕਿੰਨੀ ਰਹਿ ਚੁੱਕੇ ਜਨ ਸਾਰੀ ਨੁਮਾਇੰਦਗੀ ਉਹਨੇ ਕੀਤੀ ਡਿਵੈਲਪਮੈਂਟ ਵੀ ਕਾਂਗਰਸ ਦਾ ਬਿੱਲਾ ਬਹੁਤ ਜ਼ਿਆਦਾ ਹੋਈ ਔਰ ਇਸ ਵੇਲੇ ਸਾਨੂੰ ਪ੍ਰਤੀ ਜਿਹੜਾ ਮੌਕਾ ਅਗਰ ਮਿਲਿਆ ਕਰਦਾ ਇਲੈਕਸ਼ਨ ਦਾ ਕਿ ਤੁਸ ਆਪਣੀ ਮਰਜ਼ੀ ਦਾ ਕੈਂਡੀਡੇਟ ਚੁਣੀ ਭੇਜੋ ਜਿਹਦੇ ਕਰਨਾ ਤੁਸੀਂ ਜੀ ਪ੍ਰੋਪਰ ਨੁਮਾਇੰਦਗੀ ਉੱਥੇ ਮਿਲੀ ਸਕੇ ਔਰ ਇਸ ਵਾਸਤੇ ਅਸੀਂ ਆਪਣਾ ਜਿਹੜਾ ਮਾਇੰਡ ਜਿਹੜਾ ਆਪਣਾ ਜਿਹੜਾ ਦਿਲ ਹੈ ਇੱਕ ਜਗ੍ਹਾ ਸੈੱਟ ਕਰਨਾ ਕਿ ਅਸੀਂ ਕਾਂਗਰਸ ਪਾਰਟੀ ਅਤੇ ਕਾਂਗਰਸ ਵੀ ਇਸ ਵੇਲੇ ਪਾਰਟੀ ਜੀ ਇਸ ਵੇਲੇ ਕਾਮਯਾਬ ਬਣਾਉਣਾ ਜਿਹਦੇ ਕਰਨਾ ਅੱਗੋਂ ਦਾ ਸਾਰੀਆਂ ਮੁਸੀਬਤਾਂ ਜਿਹੜੀਆਂ ਅੱਗੋਂ ਦਾ ਅਸੀਂ ਵੀ
ਡਿਪਾਰਟਮੈਂਟ ਦੀ ਖੱਜਲ ਖੁਆਈ ਨਹੀਂ ਹੋਣ ਪਵਾ ਜਿੰਨੇ ਵੀ ਆਵਾਂ ਸੀ ਪਰ ਉੱਥੇ ਫਿਰ ਵੀ ਬੋਲ ਸਾਰੀ ਸੁਣਦਾ ਔਰ ਸੁਣਨਾ ਕੀ ਹੁਣ ਡਿਪਾਰਟਮੈਂਟ ਕੋਲ ਪੈਸਾ ਕੋਈ ਨਹੀਂ ਹੈ ਉਹਨੇ ਸਾਰੀ ਮੈਂ ਨਮਸਕਾਰ ਕਰਨਾ ਸਾਥੀਓ ਇਹ ਜਦੋਂ ਵੀ ਸਾਡਾ ਇੱਥੇ ਪੀ ਡੀ ਪੀ ਔਰ ਭਾਰਤੀ ਜਨਤਾ ਪਾਰਟੀ ਦੀ ਕੋਲੀਸ਼ਨ ਕਰਨਾ ਜਦੋਂ ਵੀ ਗਵਰਨਮੈਂਟ ਬਣੀ ਦੀ ਅੱਗੋਂ ਬਾਅਦ ਦੇਖਿਆ ਕਰਦੇ ਹਾਂ ਬੜੇ ਬੜੇ ਨਾਰੇ ਲੱਗਿਆ ਕਰਦੇ ਨੇ ਅੱਜ ਪ੍ਰਧਾਨ ਮੰਤਰੀ ਨੇ 5,000 ਦੀ ਯੋਜਨਾ ਜਿਹੜੀ ਆ ਉਹਦਾ ਆਧਾਰ ਕਿਸਲਾ ਕੀਤੀ ਅੱਜ ਫਲਾਣੀ ਸਾਡੀ ਸਟੇਟ ਦੇ ਵਿੱਚ ਬੱਚੇ ਜਿਹੜੇ ਪੜ੍ਹੇ ਲਿਖੇ